ਹੈਲੋ एवरीवन ਅੱਜ ਅਸੀਂ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਲੈਕਚਰ ਸਤਾਰਵਾਂ ਦੇਖਾਂਗੇ ਅੱਜ ਅਸੀਂ ਸ਼ਬਦ ਰਚਨਾ ਤੇ ਅਗੇਤਰ ਤੇ ਪਿਛੇਤਰ ਬਾਰੇ ਸਮਝਾਂਗੇ ਠੀਕ ਹੈ ਤਿੰਨ ਟਾਪਿਕ ਸਮਝਾਂਗੇ ਸ਼ਬਦ ਰਚਨਾ ਬਾਰੇ ਅਗੇਤਰ ਬਾਰੇ ਤੇ ਪਿਛੇਤਰ ਬਾਰੇ ਠੀਕ ਹੈ ਵੈਸੇ ਇਹ ਆਇਆ ਤਾਂ ਇੱਕੋ ਦਾ ਹੀ 파ਟ ਨੇ ਮਗਰ ਇਸ ਨੂੰ ਮੈਂ ਥੋੜਾ ਅਲਗ-ਅਲਗ ਕਰਕੇ ਦਿਖਾਇਆ ਹੈ ਠੀਕ ਹੈ ਸੋ ਲੈਕਚਰ ਸਟਾਰਟ ਕਰਦੇ ਹਾਂ ਆਪਾਂ ਠੀਕ ਹੈ ਲੈਕਚਰ ਚਾਰ ਕਰਨ ਤੋਂ ਪਹਿਲਾਂ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੋਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ ਈ ਬੁੱਕਸ ਪ੍ਰੋਵਾਈਡ ਕੀਤੇ ਜਾ ਰਹੇ ਨੇ ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gillsmentor.tasud.com ਤੋਂ ਜਾ ਕੇ ਖਰੀਦ ਸਕਦੇ ਹਨ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਬੱਚੇ ਸਟਰਕਚਰ ਤੇ ਤਿਆਰੀ ਕਰਨਾ ਚਾਹੁੰਦੇ ਨੇ ਪਟਵਾਰ ਐਗਜ਼ਾਮੀਨੇਸ਼ਨ ਦੀ ਤਾਂ ਉਹ ਪੇਡ ਕੋਰਸ ਜ਼ਰੂਰ ਖੇਦਣ ਠੀਕ ਹੈ ਉਹਨਾਂ ਨੂੰ ਹਰ ਇੱਕ ਚੀਜ਼ ਸਟਰਕਚਰ ਚ ਮਿਲ ਲੇਗੀ ਠੀਕ ਹੈ ਫਰੈਂਡਸ ਤਾਂ ਤੁਹਾਨੂੰ ਪੂਰਾ ਪਤਾ ਹੋਏਗਾ ਹਰ ਇੱਕ ਲੈਕਚਰ ਤੋਂ ਬਾਅਦ ਕਿ ਹਾਂਜੀ ਮੇਰਾ ਇੰਨਾ ਟੌਪਿਕ ਹੋ ਗਿਆ ਇੰ ਠੀਕ ਹੈ ਜਿਹੜੇ ਬੱਚੇ ਚਾਹਵਨ ਹਨ ਜਿਹੜੇ ਖਰੀਦਣ ਦੇ ਚਾਹਵਨ ਉਹ ਹੀ ਜਾ ਕੇ ਖਰੀਦਣ ਠੀਕ ਹੈ ਤੁਹਾਨੂੰ ਕੋਈ ਫੋਰਸ ਨਹੀਂ ਹੈ ਜਿਹੜੇ ਚਾਹਵਨ ਹਨ ਉਹ ਜਾ ਕੇ ਇਸ ਵੈਬਸਾਈਟ ਤੇ ਜਾ ਕੇ ਜ਼ਰੂਰ ਖਰੀਦਣ ਉਸ ਵਿੱਚ ਤੁਹਾਨੂੰ 200 ਪਲੱਸ ਵੀਡੀਓ ਲੈਕਚਰ 150 ਮੌਕ ਟੈਸਿਸ ਟੋਪਿਕ ਵਾਈਜ਼ ਟੈਸਟ ਸੈਸ਼ਨ ਪੀਡੀਐਫ ਈ ਬੁక్స్ ਠੀਕ ਹੈ ਇਹ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਉਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਡਿਸਕਾਊਂਟ ਚਾਹੀਦਾ ਤਾਂ 5% ਡਿਸਕਾਊਂਟ ਮਿਲ ਸਕਦਾ ਹੈ ਠੀਕ ਹੈ ਫਰੈਂਡਸ ਤੁਸੀਂ 5% ਡਿਸਕਾਊਂਟ ਮੇਰੇ ਰੈਫਰਲ ਕੋਡ ਤੇ ਲੈ ਸਕਦੇ ਹੋ ਉਹ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਵਿੱਚ ਅਵੇਲੇਬਲ ਕਰਾ ਦਾਂਗਾ ਉਸ ਤੋਂ ਇਲਾਵਾ ਹੁਣ ਤਾਂ ਐਪ ਵੀ ਲਾਂਚ ਹੋ ਚੁੱਕੀ ਹੈ ਤੇ ਜਿਹੜੇ ਬੱਚਿਆਂ ਨੇ ਹਲੇ ਤੱਕ ਐਪ ਡਾਊਨਲੋਡ ਨਹੀਂ ਕੀਤੀ ਉਹ ਜਰੂਰ ਜਾ ਕੇ ਡਾਊਨਲੋਡ ਕਰਨ ਗਿਲਸ ਮੈਂਟਰੋਰ ਦੇ ਨਾਮ ਤੇ ਠੀਕ ਹੈ ਗਿਲਸ ਮੈਂਟਰੋਰ ਦੇ ਨਾਮ ਤੇ ਐਪ ਹੈ ਠੀਕ ਹੈ ਜੇ ਤੁਹਾਨੂੰ ਤਾਂ ਵੀ ਨਹੀਂ ਲੱਭਦੀ ਤਾਂ ਮੈਂ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਇਸ ਦਾ ਵੀ ਲਿੰਕ ਪ੍ਰੋਵਾਈਡ ਕਰਾ ਦਾਂਗਾ ਸੋ ਅੱਗੇ ਆਪਾਂ ਹੁਣ ਲੈਕਚਰ ਸਟਾਰਟ ਕਰਦੇ ਹਾਂ ਸ਼ਬਦ ਰਚਨਾ ਠੀਕ ਹੈ ਤੇ ਅਗੇਤਰ ਤੇ ਪਿਛੇਤਰ ਇੱਕੋ ਦਾ ਹੀ ਪਾਰਟ ਹੈ ਇਸ ਦੇ ਬਾਰੇ ਆਪਾਂ ਜੀ ਗੱਲ ਕਰਾਂਗੇ ਸਭ ਤੋਂ ਪਹਿਲੇ ਸਮਝਾਂਗੇ ਕਿ ਸ਼ਬਦ ਰਚਨਾ ਕਿੰਨੂ ਕਹਾਂਗੇ ਕਿਸੇ ਸ਼ਬਦ ਤੋਂ ਕਿਸੇ ਸ਼ਬਦ ਤੋਂ ਜਾਂ ਕੁਝ ਸ਼ਬਦਾਂ ਤੋਂ ਕਿਸੇ ਸ਼ਬਦ ਤੋਂ ਜਾਂ ਮਾਫ ਕਰਿਓ ਕਿਸੇ ਸ਼ਬਦ ਤੋਂ ਜਾਂ ਕੁਝ ਸ਼ਬਦਾਂ ਤੋਂ ਹੋਰਾਂ ਸ਼ਬਦ ਬਣਾਉਣ ਨੂੰ ਸ਼ਬਦ ਰਚਨਾ ਕਿਹਾ ਜਾਂਦਾ ਹੈ ਠੀਕ ਹੈ ਠੀਕ ਹੈ ਫਰੈਂਡਸ ਤਾਂ ਇਸ ਵਿੱਚ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਆ ਇਹਦੇ ਦੋ ਪ੍ਰਕਾਰ ਦੇ ਹੁੰਦੇ ਹਨ ਇਹ ਇੱਕ ਮੂਲ ਸ਼ਬਦ ਇੱਕ ਹੁੰਦਾ ਰਚਿਤ ਸ਼ਬਦ ਠੀਕ ਹੈ ਮੂਲ ਸ਼ਬਦ ਕਿਵੇਂ ਹੁੰਦੇ ਆ ਜਿਹੜਾ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਾਇਆ ਜਾਵੇ ਜਿਹੜਾ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਾਇਆ ਜਾਵੇ ਉਸ ਨੂੰ ਅਸੀਂ ਮੂਲ ਸ਼ਬਦ ਆਖਦੇ ਹਾਂ ਜਿਵੇਂ ਪਾੜ ਹੱਤ ਕਾਰ ਆਦਿ ਠੀਕ ਹੈ ਉਸ ਤੋਂ ਬਾਅਦ ਰਚਿਤ ਸ਼ਬਦ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਤੋਂ ਬਣਾਏ ਜਾਣ ਠੀਕ ਹੈ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਤੋਂ ਬਣਾਇਆ ਜਾਵੇ ਜਾਂ ਬਣਾਏ ਜਾਣ ਜਿਵੇਂ ਪਾੜ ਤੋਂ ਪੰਣਾ ਹੱਤ ਤੋਂ ਹੱਥੀ ਕਰ ਤੋਂ ਕਰੂੰ ਠੀਕ ਹੈ ਦੋ ਚੀਜ਼ਾਂ ਸਾਨੂੰ ਪਤਾ ਲੱਗੀਆਂ ਕਿ ਸ਼ਬਦ ਰਚਨਾ ਕੀ ਹੁੰਦੀ ਹੈ ਕਿ ਕਿਸੇ ਸ਼ਬਦ ਤੋਂ ਜਾਂ ਕੁਝ ਸ਼ਬਦਾਂ ਤੋਂ ਜੇ ਆਪਾਂ ਉਹਨਾਂ ਤੋਂ ਹੋਰ ਸ਼ਬਦਾਂ ਬਣਾਈਏ ਤਾਂ ਉਸ ਨੂੰ ਆਪਾਂ ਸ਼ਬਦ ਰਚਨਾ ਕਿਹਾ ਜਾਂਦਾ ਹੈ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਮੂਲ ਸ਼ਬਦ ਰਚਿਤ ਸ਼ਬਦ ਮੂਲ ਸ਼ਬਦ ਜੋ ਕਿਸੇ ਹੋਰ ਸ਼ਬਦ ਤੋਂ ਨਾ ਬਣਾਇਆ ਜਾਵੇ ਜਿਵੇਂ ਪੜ ਹੱਤ ਕਰ ਠੀਕ ਹੈ ਰਚਿਤ ਸ਼ਬਦ ਜਿਹੜਾ ਕਿਸੇ ਹੋਰ ਸ਼ਬਦ ਤੋਂ ਬਣਾਇਆ ਜਾਵੇ ਠੀਕ ਹੈ ਜਿਹੜਾ ਜਿਹੜਾ ਸ਼ਬਦ ਕਿਸੇ ਹੋਰ ਸ਼ਬਦਾਂ ਤੋਂ ਬਣਾਇਆ ਜਾਵੇ ਪੜ੍ਹ ਤੋਂ ਪੰਨਾ ਹੱਤ ਤੋਂ ਹੱਥੀ ਘਰ ਤੋਂ ਕਰੀ ਇਹ ਹੁਣ ਅੱਗੇ ਆਪਾਂ ਦੇਖਦੇ ਹਾਂ ਰਚਿਤ ਸ਼ਬਦ ਨੂੰ ਆਪਾਂ ਅੱਗੇ ਦੋ ਪ੍ਰਕਾਰ ਚ ਵੰਡ ਸਕਦੇ ਹਾਂ ਸਮਾਸੀ ਸ਼ਬਦ ਉਤਪੰਨ ਸ਼ਬਦ ਠੀਕ ਹੈ ਪਹਿਲੇ ਸਮਾਸੀ ਸ਼ਬਦ ਦੇਖਦੇ ਹਾਂ ਜਿਹੜਾ ਸ਼ਬਦ ਭਾਵੇਂ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਇਆ ਜਾ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਇਆ ਜਾਵੇ ਉਸ ਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਹਾਂ ਜਿਵੇਂ ਹਰ ਮਨ ਨੂੰ ਪਿਆਰਾ ਲੱਗਣ ਵਾਲਾ ਹਰ ਮਨ ਪਿਆਰਾ ਠੀਕ ਹੈ ਤਾਂ ਦੂਜਾ ਕੀ ਹੋਵੇਗਾ ਉਤਪਨ ਸ਼ਬਦ ਜਿਵੇਂ ਜਿਹੜੇ ਸ਼ਬਦ ਕਿਸੇ ਮੂਲ ਸ਼ਬਦ ਤੋਂ ਅਗੇਤਰ ਜਾਂ ਪਿਛੇਤਰ ਅਪੋਇ ਟੋਪਿਕ ਕਰ ਰਹੇ ਹਾਂ ਨਾ ਠੀਕ ਹੈ ਨਾ ਇਸ ਦਾ ਹੀ ਪਾਰਟ ਹੋਵੇ ਸ਼ਬਦ ਰਚਨਾ ਦਾ ਠੀਕ ਹੈ ਸੋ ਜਿਹੜੇ ਸ਼ਬਦ ਕਿਸੇ ਮੂਲ ਸ਼ਬਦ ਤੋਂ ਅਗੇਤਰ ਜਾਂ ਪਿਛੇਤਰ ਲਾ ਕੇ ਬਣਾਏ ਜਾਣ ਉਸ ਨੂੰ ਅਸੀਂ ਕੀ ਆਖਦੇ ਹਾਂ ਉਤਪਨ ਸ਼ਬਦ ਆਖਦੇ ਹਾਂ ਜਿਵੇਂ ਉਹ ਗੁਣ ਠੀਕ ਹੈ ਤਾਂ ਅਗੇਤਰ ਉਹ ਲੱਗ ਗਿਆ ਠੀਕ ਹੈ ਗੁਣ ਤੋਂ ਬਿਨਾ ਉਹ ਗੁਣ ਠੀਕਾ ਮੋਰਨੀ ਮੋਰ ਪਲੱਸ ਨੀ ਠੀਕ ਹੈ ਮੋਰਨੀ ਠੀਕ ਹੈ ਸੋ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਹੁਣ ਅੱਗੇ ਦੇਖਦੇ ਹਾਂ ਹੁਣ ਆਪਾਂ ਅਗੇਤਰ ਬਚਿਤਰੀ ਗੱਲ ਕੀਤੀ ਸੀ ਨਾ ਆਪਾਂ ਨੇ ਪਿੱਛੇ ਠੀਕ ਹੈ ਨਾ ਜਿਹੜਾ ਆਪਣਾ ਉਤਮ ਸ਼ਬਦ ਦੀ ਗੱਲ ਕੀਤੀ ਸੀ ਉਸ ਨੂੰ ਹੀ ਆਪਾਂ ਅਗੇ ਡਿਫਾਈਨ ਕੀਤਾ ਅਗੇਤਰ ਕਿੰਨੂੰ ਕਵਾਂਗੇ ਅਗੇਤਰ ਦਾ ਅਰਥ ਹੈ ਠੀਕ ਹੈ ਕਾਮਨ ਸੈਂਸ ਤੁਹਾਨੂੰ ਪਤਾ ਹੀ ਹੈ ਅੱਗੇ ਠੀਕ ਹੈ ਜਿਹੜੇ ਅੱਖਰ ਸ਼ਬਦਾਂ ਦੇ ਸ਼ੁਰੂ ਵਿੱਚ ਲਾ ਕੇ ਜਿਹੜੇ ਅੱਖਰ ਸ਼ਬਦਾਂ ਦੇ ਸ਼ੁਰੂ ਵਿੱਚ ਲਾ ਕੇ ਉਹਦੀ ਸ਼ਬਦ ਦੀ ਰਚਨਾ ਕੀਤੀ ਜਾਵੇ ਉਸ ਨੂੰ ਆਪਾਂ ਅਗੇਤਰ ਆਖਦੇ ਹਾਂ ਜਿਵੇਂ ਪੜ ਦੇ ਅੱਗੇ ਅਨ ਲਾ ਕੇ ਪੜ ਦੇ ਅੱਗੇ ਅਨ ਲਗਾ ਕੇ ਅਸੀਂ ਉਹਨੂੰ ਕਹਿੰਤਾ ਅਨਪੜ ਠੀਕ ਹੈ ਅਨ ਕੀ ਹੋ ਗਿਆ ਤੋਂ ਬਿਨਾ ਠੀਕ ਹੈ ਪੜੇ ਲਿਖੇ ਤੋਂ ਬਿਨਾ ਤਾਂ ਉਹ ਹੋਲੇਗਾ ਅਨਪੜ અપਮਾਨ અપਮਾਨ ਕੀ ਹੋਵੇਗਾ ਮਾਨ ਦੇ ਅੱਗੇ ਅਪਮਾਨ ਲਗਾ ਕੇ ਠੀਕ ਹੈ ਸੋ ਇਸ ਨੂੰ ਆਪਾਂ અપਮਾਨ ਕਹਿੰਤਾ ਮਾਨ ਦਾ ਉਲਟਾ ਅਪਮਾਨ ਠੀਕ ਹੈ 75 ਕਿਵੇਂ ਗਏ ਕਵਾਂਗੇ ਵਿਚੇਤਰ ਦਾ ਅਰਥ ਹੈ ਪਿੱਛੇ ਜਿਹੜੇ ਅੱਖਰ ਸ਼ਬਦ ਦੇ ਅੰਤ ਵਿੱਚ ਲਗਾਏ ਜਾਣ ਜਿਹੜੇ ਅੱਖਰ ਸ਼ਬਦ ਦੇ ਅੰਤ ਵਿੱਚ ਲਗਾਏ ਜਾਣ ਉਸ ਨੂੰ ਆਪਾਂ ਵਿਚੇਤਰ ਆਖਦੇ ਹਾਂ ਜਿਵੇਂ ਆਗਿਆਕਾਰ ਕਾਰ ਹੁਣ ਧਿਆਨ ਰੱਖਿਓ ਆਗਿਆ ਇੱਕ ਚੀਜ਼ ਆ ਕਾਰ ਇੱਕ ਚੀਜ਼ ਆਗਿਆ ਪਲੱਸ ਕਾਰ ਕਾਰ ਮਤਲਬ ਵਾਲਾ ਠੀਕ ਆ ਤਾਂ ਉਰੇ ਆਪਾਂ ਕਵਾਂਗੇ ਆਗਿਆਕਾਰ ਤਾਂ ਦੂਜਾ ਰਾਜਪਾਲ ਰਾਜ ਪਲੱਸ ਪਾਲ ਪਾਲ ਮਤਲਬ ਰੱਖਿਆ ਕਰਨ ਵਾਲਾ ਪਾਲ ਮਤਲਬ ਰੱਖਿਆ ਕਰਨ ਵਾਲਾ ਤਾਂ ਉਹ ਕੀ ਹੋ ਜਾਏਗਾ ਰਾਜ ਪਲਸ ਪਾਲ ਦਾ ਮਤਲਬ ਹੋ ਗਿਆ ਰੱਖਿਆ ਕਰਨ ਵਾਲਾ ਤਾਂ ਹੀ ਉਹ ਪੂਰਾ ਨਾਮ ਬਣਿਆ ਰਾਜਪਾਲ ਠੀਕ ਹੈ ਸੋ ਸਮਝ ਆਇਆ ਨਾ ਤੁਹਾਨੂੰ ਜਿਵੇਂ ਆਪਾਂ ਨੇ ਪਿੱਛੇ ਦੇਖਿਆ ਸੋ ਆਪਾਂ ਦੇਖ ਲੈਣੇ ਇੱਕ ਵਾਰੀ ਦੁਬਾਰਾ ਰਿਵੀਜ਼ਨ ਕਰ ਲੈਣੇ ਠੀਕ ਹੈ ਇਹ ਸ਼ਬਦ ਰਚਨਾ ਤੇ ਦੇਖਿਆ ਸੀ ਕਿ ਸ਼ਬਦ ਰਚਨਾ ਕਿਸੇ ਸ਼ਬਦ ਤੋਂ ਜਾਂ ਕੁਝ ਹੋਰ ਸ਼ਬਦਾਂ ਤੋਂ ਹੋਰ ਤੋਂ ਠੀਕ ਹੈ ਜਾਂ ਕਿਸੇ ਸ਼ਬਦ ਤੋਂ ਜਾਂ ਕੁਝ ਸ਼ਬਦਾਂ ਤੋਂ ਹੋਰ ਸ਼ਬਦ ਬਣਾਉਣ ਨੂੰ ਸ਼ਬਦ ਰਚਨਾ ਕਹਿੰਦੇ ਆ ਠੀਕ ਹੈ ਇਹ ਦੋ ਤਰ੍ਹਾਂ ਨਾਲ ਮੂਲ ਸ਼ਬਦ ਤੇ ਰਚੀ ਸ਼ਬਦ ਮੂਲ ਸ਼ਬਦ ਠੀਕ ਹੈ ਜਿਵੇਂ ਪੜ ਹੱਥ ਘਰ ਆਦਿ ਜਿਨ੍ਹਾਂ ਤੋਂ ਕਿਸੇ ਹੋਰ ਸ਼ਬਦ ਤੋਂ ਨਾ ਬਣਾਇਆ ਜਾਵੇ ਰਚੀ ਸ਼ਬਦ ਜਿਹੜਾ ਸ਼ਬਦ ਕਿਸੇ ਹੋਰ ਸ਼ਬਦਾਂ ਤੋਂ ਬਣਾਇਆ ਜਾਵੇ ਜਿਵੇਂ ਪੜ ਤੋਂ ਪੜਨਾ ਹੱਥ ਤੋਂ ਹੱਤੀ ਘਰ ਤੋਂ ਕਰੋ ਇਹਨਾਂ ਕੋ ਦੋ ਪ੍ਰਕਾਰ ਨਾਲ ਡਿਵਾਈਡ ਹੈ ਸਮਾਸੀ ਤੇ ਉਤਪਤਨ ਉਤਪਤਨ ਤੋਂ ਸਾਨੂੰ ਗ੍ਰੱਤਬ ਖੇਤਰ ਬਾਰੇ ਪਤਾ ਲੱਗਦਾ ਹੈ ਸਮਾਸੀ ਜਿਹੜਾ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਇਆ ਜਾਵੇ ਹਰ ਮਨ ਨੂੰ ਪਿਆਰਾ ਲੱਗਣ ਵਾਲਾ ਹਰ ਮਨ ਪਿਆਰ ਠੀਕ ਹੈ ਸੋ ਮਾਫਰ ਯੂ ਹੁਣ ਆਪਾਂ ਦੇਖਦੇ ਹਾਂ ਪ੍ਰੂਫੀਸ਼ੀਅਲ ਸ਼ੇਅਰ ਕੁਸ਼ਨ ਹੁਣ ਆਪਾਂ ਕੀ ਦੇਖਾਂਗੇ ਪ੍ਰੂਫੀਸ਼ੀਅਲ ਸ਼ੇਅਰ ਕੁਸ਼ਨ ਜੋ ਪਿਛਲੇ ਸਾਲ ਵਿੱਚ ਇਸੇ ਉੱਪਰ ਸ਼ਬਦ ਰਚਨਾ ਉੱਪਰ ਗੇਤਰ ਤੇ ਵਿਛੇਤਰ ਉੱਪਰ ਪੁੱਛੇ ਜਾ ਚੁੱਕੇ ਨੇ ਸੋ ਪਹਿਲਾ ਕੁਐਸਚਨ ਹੈ ਹੇਟ ਲਿਖੇ ਸ਼ਬਦਾਂ ਦੇ ਲਈ ਕਿਹੜਾ ਵਿਛਤਰ ਸਹੀ ਹੈ ਜਿਵੇਂ ਝਗੜਾ ਕਿਰਪਾ ਦਿਆ ਇਧਰ ਲਈ ਕਿਹੜਾ ਵਿਛਤਰ ਸਹੀ ਹੈ ਦੱਸੋ ਜਨਕ ਸਹੀ ਹੈ ਲੂ ਸਹੀ ਹੈ ਆਈ ਸਹੀ ਹੈ ਤਾਂ ਸਹੀ ਹੈ ਆਪ ਹੀ ਬਣਾ ਕੇ ਕੋ ਤੁਹਾਨੂੰ ਪਤਾ ਲੱਗੇਗਾ देखो ਝਗੜਾ ਆਪਾ ਬਣਾ ਸਕਦੇ ਆ ਝਗੜਾ ਜਨਕ ਜਿਵੇਂ ਝਗੜਾ ਆਈ ਝਗਣਾ ਤਾਂ ਤੇ ਝਗੜਣ ਝਗੜਾਲੂ ਹੀ ਬਣੇਗਾ ਤਾਂ ਇਹ ਤਾਂ ਠੀਕ ਹੈ ਕਿਰਪਾ ਕਿਰਪਾ ਜਨਕ ਕਹਿ ਸਕਦੇ ਆ ਆਪਾ ਕਿਰਪਾ ਆਈ ਠੀਕ ਹੈ ਕਿਰਪਾ ਤਾਂ ਕਹਿ ਸਕਦੇ ਆ ਨਹੀਂ ਬਣ ਸਕਦਾ ਕਿਰਪਾਲੂ ਕਿਰਪਾਲੂ ਦਇਆ ਦਇਆ ਜਨਕ ਕਹਿ ਸਕਦੇ ਆ ਨਹੀਂ ਦਇਆ ਆਈ ਨਹੀਂ ਦਇਆ ਤਾਂ ਦਿਆਲੂ ਸੋ ਇੱਕੋ ਹੀ ਵਰਡ ਰਿਛੇਤਰ ਇਹਦੇ ਵਿੱਚ ਕੋਈ ਲੱਗੇਗਾ ਸਾਰੇ ਵਿੱਚ ਝਗੜਾਲੂ ਠੀਕ ਹੈ ਕਿਰਪਾਲੂ ਦਿਆਲੂ ਠੀਕ ਹੈ ਕਿਸੇ ਸ਼ਬਦ ਵਿੱਚ ਪਛੇਤਰ ਦੀ ਵਰਤੋਂ ਨਹੀਂ ਹੋਈ ਦੱਸੋ ਕਿਸ ਸ਼ਬਦ ਵਿੱਚ ਥੱਲੇ ਜਿਹੜੇ 4 ਆਪਾਂ ਨੂੰ ਆਪਸ਼ਨ ਦਿੱਤੇ ਆ ਉਸ ਵਿੱਚ ਕਿਹੜੇ ਸ਼ਬਦ ਵਿੱਚ ਪਛੇਤਰ ਦੀ ਵਰਤੋਂ ਨਹੀਂ ਹੋਈ ਤੁਸੀਂ ਆਰਾਮ ਨਾਲ ਲੱਭ ਸਕਦੇ ਹੋ ਦੱਸੋ ਮੈਨੂੰ ਪਸਾਰ ਆਏਗਾ ਜਾਂ ਮਿਲਣਸਾਰ ਆਏਗਾ ਤੜਕਸਾਰ ਆਏਗਾ ਹੰਡਣਸਾਰ ਆਏਗਾ ਇਹ ਆਨਸਰ ਕੀ ਆਲੇਗਾ 50 ਦੇਖ ਕੇ ਪਤਾ ਲੱਗ ਰਿਹਾ ਨਾ ਠੀਕ ਹੈ ਨਾ ਫਰੈਂਡਸ ਸੋ ਅੱਗੇ ਹੈਗਾ ਹੇਠ ਲਿਖਿਆਂ ਵਿੱਚੋਂ ਠੀਕ ਸਮਾਸੀ ਸ਼ਬਦ ਚੁਣੋ ਦੱਸੋ ਜਵਾਈ ਘਰ 도ੜ ਕੋੜ ਤੋਤਾ ਦੁੱਧ ਇੱਧਰ ਉੱਧਰ ਠੀਕ ਸਮਾਸੀ ਸ਼ਬਦ ਕਿਹੜੇ ਹੋ ਸਕਦੇ ਹਨ ਸੋਚੋ ਇਦਾਂ ਸਰ ਦੇਖੋ ਜੁਆਇ ਕਰ ਆਪਾਂ ਕਹਿ ਸਕਦੇ ਹਾਂ ਨਹੀਂ ਦੋੜ ਕੋਣ ਮੰਦਾ ਕੁਝ ਨਹੀਂ ਧੋਤਾ ਦੁੱਧ ਨਹੀਂ ਬਣਦਾ ਠੀਕ ਹੈ ਇੱਧਰ ਉੱਧਰ ਠੀਕ ਹੈ ਇਹ ਆਪਾਂ ਹਮੇਸ਼ਾ ਯੂਜ਼ ਕਰਦੇ ਹਾਂ ਠੀਕ ਹੈ ਤਾਂ ਏਟ ਲਿਖਿਆ ਵਿੱਚੋਂ ਕਿਹੜਾ ਸਮਾਸੀ ਸ਼ਬਦ ਹੋਏਗਾ ਇੱਧਰ ਉੱਧਰ ਠੀਕ ਹੈ ਅਗਲਾ ਕੁਐਸਚਨ ਹੈ ਏਟ ਲਿਖਿਆ ਸਮਾਸੀ ਸ਼ਬਦਾਂ ਵਿੱਚੋਂ ਸਮਾਨਾਰਥਕ ਸਮਾਸੀ ਸ਼ਬਦ ਚੁਣੋ ਵਿਆਹ ਸ਼ਾਦੀ ਹਾਰ ਜਿੱਤ ਬੇਟਾ ਬੇਟੀ ਚੰਗਾ ਮੰਦਾ ਸਮਾਨਾਰਥਕ ਉੱਚੇ ਹੋਰੇ ਸਮਾਨਾਰਥਕ ਦਾ ਮਤਲਬ ਪਤਾ ਨਾ ਤੁਹਾਨੂੰ ਜਿਹਦਾ मीनिंग ਵਿੱਚ ਸੇਮ ਹੋਵੇ ਇਹਦਾ ਆਨਸਰ ਦੇਖੋ ਹਾ ਜੇ ਤੇ ਤਾਂ ਆਪੋਜ਼ਿਟ ਹੋ ਗਿਆ ਬੇਟਾ ਲਿੰਗ ਦੀ ਗੱਲ ਆ ਗਈ ਠੀਕ ਚੰਗਾ ਮੰਦਾ ਇਹ ਵੀ ਆਪੋਜ਼ਿਟ ਹੋ ਗਿਆ ਵਿਆਹ ਸ਼ਾਦੀ ਕੈਸੀ ਚੀਜ਼ ਹੈ ਜੋ ਸਮਾਨਾਰਥਕ ਹੈ ਠੀਕ ਹੈ ਸੋ ਫਸਟ ਆਪਸ਼ਨ ਲੱਗੇਗਾ ਲਾਸਟ ਕੁਐਸਚਨ ਅੱਜ ਦਾ ਹੇਡ ਲਿਖਿਆ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ ਅੰਨ ਰੋਟੀ ਅੰਨ ਸਨ ਠੀਕ ਹੈ ਅੰਨ ਪਾਣੀ ਅੰਨ ਸਬਜੀ ਕਿਹੜਾ ਠੀਕ ਹੋਏਗਾ ਦੱਸੋ ਜੇ ਆਪਾਂ ਨੇ ਅੱਲੇ-ਦੋਲੇ ਦੇ ਵੀ ਆਪਾਂ ਨੇ ਸ਼ਬਦ ਸੁਣੀ ਹੋਣ ਤਾਂ ਇਹਦਾ ਆਨਸਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਇਹਦਾ ਆਨਸਰ ਕੀ ਆਲੇਗਾ ਅੰਨ ਪਾਣੀ ਠੀਕ ਹੈ ਅੰਨ ਰੋਟੀ ਕਹਿੰਦੇ ਸੁਣੀ ਹੈ ਅਨਸਨ ਅਨ ਸਬਜੀ ਨਹੀਂ ਅੰਨ ਪਾਣੀ ਠੀਕ ਹੈ ਫਰੈਂਡਸ ਸੋ ਹੁਣ ਮੇਰਾ ਕੋਈ ਮੈਂ ਜਿਹੜੇ ਪਿਛਲੇ ਲੈਕਚਰ ਤੋਂ ਸਟਾਰਟ ਕੀਤਾ ਸੀ ਠੀਕ ਹੈ ਇੱਕ ਇਮੇਜ ਦੇਵਾਂਗਾ ਤੁਹਾਨੂੰ ਠੀਕ ਹੈ ਤੁਹਾਨੂੰ ਮੈਨੂੰ ਦੱਸਣਾ ਹੈ ਇਹ ਕਿਸ ਗੁਰਦੁਆਰੇ ਦੀ ਗੱਲ ਹੈ ਠੀਕ ਹੈ ਆਪਣੇ ਗੁਰਦੁਆਰੇ ਚੱਲ ਰਹੇ ہیں ਵੀ ਕੱਲ ਮੈਂ ਇੱਕ ਇਮੇਜ ਦਿੱਤੀ ਸੀ ਠੀਕ ਹੈ ਬੱਚੇ کافی ਬੱਚਿਆਂ ਦਾ ਸਹੀ ਆਨਸਰ ਆਇਆ ਤੇ ਅੱਜ ਹੀ ਮੈਂ ਇੱਕ ਦੇਵਾਂਗਾ ਇਹ ਥੋੜਾ ਥੋੜਾ ਕੁ ਟਫ ਹੈ ਮੈਂ ਤੁਹਾਨੂੰ ਸਰਚ ਜ਼ਰੂਰ ਕਰਿਓ ਠੀਕ ਹੈ ਦੱਸੋ ਇਹ ਕਿਹੜਾ ਗੁਰਦੁਆਰਾ ਹੈ ਇੱਕ ਹੋਰ ਇਮੇਜ ਇਹਨਾਂ ਤੁਹਾਨੂੰ ਗੁਰਦੁਆਰਾ ਦੇਖਣਾ ਚਾਹੋਗੇ ਦੇਖ ਲਓ ਇੱਕ ਵਾਰੀ ਸੋਚੋ ਜੇ ਪਤਾ ਲੱਗ ਗਿਆ ਤੁਹਾਨੂੰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਠੀਕ ਹੈ ਉਹਨਾਂ ਨੂੰ ਮੈਂ 100% ਰਿਪਲਾਈ ਕਰਾਂਗਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਿਨਾਂ ਦੇਖੇ ਅਨਸਰ ਕੀਤਾ ਉਹ ਵੀ ਕਮੈਂਟ ਕਰਾਂ ਜਿਨ੍ਹਾਂ ਨੇ ਦੇਖ ਕੇ ਕੀਤਾ ਤਾਂ ਵੀ ਕਮੈਂਟ ਕਰਨ ਠੀਕ ਹੈ ਮਗਰ ਜਿਨ੍ਹਾਂ ਨੇ ਬਿਨਾਂ ਦੇਖੇ ਕੀਤਾ ਨਾ ਉਹ ਉਹਨਾਂ ਨੂੰ ਮੈਂ 100% ਰਿਪਲਾਈ ਕਰਨਾ ਹੈ ਠੀਕ ਹੈ ਉਹਨਾਂ ਦਾ ਨਾਮ ਮੈਂ ਨੈਕਸਟ ਲੈਕਚਰ 'ਚ ਜਰੂਰ ਲਵਾਂਗਾ ਠੀਕ ਹੈ ਫਰੈਂਡਸ ਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਠੀਕ ਹੈ ਸੋ ਇਸੇ ਤਰ੍ਹਾਂ ਤਿਆਰੀ ਕਰਦੇ ਰਹੂ ਠੀਕ ਹੈ ਫਰੈਂਡਸ ਅਕਾਊਂਟ ਦੇ ਲੈਕਚਰ ਵਿੱਚ 65 ਲੈਕਚਰ ਹੋ ਚੁੱਕੇ ਹਨ ਠੀਕ ਹੈ ਇਸ ਵਿੱਚ ਅਸੀਂ ਬਹੁਤ ਰਿਵੀਜ਼ਨ ਕਰਾਈ ਹੈ ਠੀਕ ਹੈ ਮੈਂ ਸਿਲੇਬਸ ਵੀ ਕਾਫੀ ਕਰਾਇਆ ਬਹੁਤ ਰਿਵੀਜ਼ਨ ਵੀ ਕਰਾਈ ਹੈ ਠੀਕ ਹੈ ਜਿਹੜੇ ਬੱਚੇ ਨੇ ਲੈਕਚਰ ਪੂਰੇ ਨਹੀਂ ਦੇਖਣ ਪਹਿਲੇ ਇਹ ਦੇਖਣ ਠੀਕ ਹੈ ਜੇ ਨਹੀਂ ਸਮਝ ਆ ਰਿਹਾ ਦੁਬਾਰਾ ਦੇਖਣ ਠੀਕ ਹੈ ਜੇ ਫਿਰ ਵੀ ਸਮਝ ਨਹੀਂ ਆ ਰਿਹਾ ਕੋਈ ਚੀਜ਼ਾਂ ਐਸੀ ਹੋ ਸਕਦੀ ਹੈ ਕੋਈ ਨੋਨ ਕਾਮਰਸ ਸਟੂਡੈਂਟ ਹੋ ਸਕਦਾ ਤਾਂ ਮੈਨੂੰ ਇਸੇ ਪੰਜਾਬੀ ਦੇ ਲੈਕਚਰ ਵਿੱਚ ਥੱਲੇ ਕਮੈਂਟ ਸੈਕਸ਼ਨ ਵਿੱਚ ਪੁੱਛਣ ਤਾਂ ਮੈਂ 100% ਰਿਪਲਾਈ ਕਰਾਂਗਾ ਤੁਸੀਂ ਇਹ ਪਹਿਨ ਲੈ ਕੀ ਜੀ ਅੱਡੇ ਲੈਕਚਰ ਤੇ ਮੇਰੀ ਰਿਵੀਜ਼ਨ ਦੇ ਹੈ ਠੀਕ ਹੈ ਮਸਿਸ ਦੁਆਰਾ ਲੈਕਚਰ ਨੂੰ ਸ਼ੁਰੂ ਕਰਾਂਗੇ ਰਿਵੀਜ਼ਨ ਦੇ ਮੈਂ ਕਹਿੰਦਾ ਉਸ ਫਲਾਰ ਹਲੇ ਇੰਨਾ ਦੇਖੋ ਠੀਕ ਹੈ ਜੋ ਅਸੀਂ ਇੰਨਾ ਦੇਖ ਲਵਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਠੀਕ ਹੈ ਫਰੈਂਡਸ ਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਰੱਬ ਰੱਖਣਾ